ਕਿੱਥੋਂ ਬੰਦਾ ਤੁਰਿਆ ਵਾ ਔਰ ਇਹਨੇ ਇਲਾਕੇ ਨੂੰ ਸਮਾਜ ਨੂੰ ਇਹਨੇ ਕੀ ਦੇਣ ਇਹਨੇ ਦਿੱਤੀ ਆ ਵੀ ਜਦੋਂ ਅੱਤਵਾਦ ਦਾ ਦੌਰ ਆਇਆ ਉਦੋਂ ਇਹਦਾ ਕੀ ਰੋਲ ਰਿਹਾ ਔਰ ਜੇ ਸਰਕਾਰ ਦੇ ਵਿੱਚ ਆਇਆ ਤੇ ਉੱਥੇ ਇਹਨੇ ਜਿਹੜਾ ਵਾ ਕੀ ਇਹਨੇ ਭੂਮਿਕਾ ਨਿਭਾਈ ਆ ਜੈਲਦਾਰੀਆਂ ਨੂੰ ਵਿਰਸਾ ਸਿੰਘ ਬਲਟੋਹਾ ਨੇ 14 ਸਾਲ ਸਿਰ ਨਹੀਂ ਚੁੱਕਣ ਦਿੱਤਾ ਇਹਨਾਂ ਨੇ ਮੈਂ 2017 ਦੀ ਵਿਧਾਨ ਸਭਾ ਜਿੱਤ ਗਿਆ ਤੂੰ ਨਹੀਂ ਜਿੱਤਿਆ ਹਾਲਾਤ ਬਣ ਗਏ ਤੇਰਾ ਦਾ ਲੱਗ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਵਿਰਸਾ ਸਿੰਘ ਬਲਟੋਹਾ ਉੱਤੇ ਇਲਜ਼ਾਮ ਲਗਾ ਰਹੇ ਇਹਨੇ ਤਰਨ ਤਾਰਨ ਦੇ ਹਲਕਾ ਖੇਮ ਕਰਨ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਜਿਨ੍ਹਾਂ ਤਰਨ ਤਾਰਨ 'ਚ ਅਕਾਲੀ ਦਲ ਦੀ ਰੈਲੀ ਦੌਰਾਨ ਦਿੱਤੇ ਬਿਆਨਾਂ ਨੂੰ ਲੈ ਕੇ ਸਵਾਲ ਚੁੱਕੇ ਨੇ ਜਿਸਦਾ ਹੁਣ ਵਿਰਸਾ ਸਿੰਘ ਬਲਟੋਹਾ ਨੇ ਵੀ ਲਾਈਵ ਹੋ ਕੇ ਜਵਾਬ ਦਿੱਤਾ ਹੈ ਪਹਿਲਾਂ ਤੁਹਾਨੂੰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਵੀਡੀਓ ਦਿਖਾਉਂਦਿਆਂ ਤੇ ਫਿਰ ਦਿਖਾਉਂਦੇ ਹਾਂ ਵਿਰਸਾ ਸਿੰਘ ਬਲਟੋਹਾ ਵੱਲੋਂ ਦਿੱਤੇ ਗਏ ਮੋੜਵੇਂ ਜਵਾਬ ਵਾਹਿਗੁਰੂ ਜੀ ਕੀ ਫਤਿਹ ਕੁਛ ਦਿਨ ਪਹਿਲਾਂ ਇੱਕ ਵੀਡੀਓ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੇ ਵਿੱਚ ਤਰਨ ਤਾਰਨ ਜਿਹੜੀ ਹੋਈ ਉਹਦੇ ਚ ਵਿਰਸਾ ਸਿੰਘ ਬਲਟੋਹੇ ਨੇ ਇੱਕ ਬਿਆਨ ਉੱਥੇ ਜਾਰੀ ਕੀਤਾ ਜਿਹੜਾ ਸਾਬਕਾ ਐਮ ਐਲ ਏ ਆ ਇੱਥੋਂ ਬਲਟੋਹੇ ਤੋਂ ਵੀ ਜਿਹੜੀਆਂ ਕੁੰਡੀ ਤੇ ਬਿਜਲੀ ਚੋਰੀ ਨੂੰ ਲੈ ਕੇ ਵੀ ਇਹ ਬਾਦਲ ਸਾਹਿਬ ਔਰ ਅਕਾਲੀ ਦਲ ਔਰ ਮੇਰੇ ਨਾਲ ਜਿਹੜੀਆਂ ਕੁੰਡੀਆਂ ਜੋੜੋ ਤੇ ਤੁਸੀਂ ਜਿਹੜਾ ਲੁੱਟ ਖਸੁੱਟ ਦਾ ਕੰਮ ਹੈ ਤੁਸੀਂ ਆਰਾਮ ਨਾਲ ਤੁਸੀਂ ਆਪਦਾ ਕਰ ਸਕਦੇ ਜੇ ਔਰ ਉਹ ਤੋਂ ਬਾਅਦ ਮਹਿਕਮੇ ਨੇ ਇਹਨੂੰ ਸੰਗੀਤੀ ਨਾਲ ਲੈ ਕੇ ਤੇ ਇਹਦੀ ਜਦੋਂ ਘਰ ਪਰਸੋਂ ਜਿਹੜੀ ਰੇਡ ਕੀਤੀ ਔਰ ਉੱਥੇ ਪਾਇਆ ਗਿਆ ਵੀ 2018 ਤੋਂ ਲੈ ਕੇ ਆ 20 ਤੱਕ ਤਿੰਨਾਂ ਸਾਲਾਂ ਦੇ ਵਿੱਚ ਜਿਹੜੀ ਇਹਦੀ ਮੀਟਰ ਦੀ ਰੀਡਿੰਗ ਹੈ ਉਹ ਜ਼ੀਰੋ ਆ ਇੱਕ ਵੀ ਯੂਨਿਟ ਜਿਹੜਾ ਵਾ ਉਹ ਬੱਤੀ ਦਾ ਨਹੀਂ ਬਲਿਆ ਔਰ ਉਸ ਤੋਂ ਬਾਅਦ ਇਹਨੇ ਇਲਜ਼ਾਮ ਲਾਇਆ ਵੀ ਜਿਹੜਾ ਹਲਕਾ ਐਮ ਐਲ ਏ ਆ ਮੇਰੇ ਉੱਪਰ ਵੀ ਉਹਨੇ ਇੱਕ ਸਿਆਸੀ ਜਿਹੜੀ ਆ ਉਹ ਰੰਜਿਸ਼ ਦੇ ਤਹਿਤ ਜਿਹੜਾ ਇਹ ਕੰਮ ਕੀਤਾ ਤੋ ਮੈਂ ਤਾਂ ਇਹ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਵੀ ਇਹ ਇਹਦੀਆਂ ਜਿਹੜੀ ਉਹ ਵੀਡੀਓ ਜਿਹੜੀ ਵਾਇਰਲ ਹੋਈ ਜਿੱਥੇ ਖੁਦ ਕਹਿ ਰਿਹਾ ਕਿ ਤੁਸੀਂ ਲੁੱਟ ਖਸੁੱਟ ਜਿਹੜੀ ਕਰੋ ਬਿਜਲੀ ਚੋਰੀ ਕਰੋ ਜਿਹੜਾ ਕੋਈ ਬਿਜਲੀ ਵਾਲਾ ਅਫਸਰ ਆਉਂਦਾ ਉਹਨੂੰ ਕੁੱਟੋ ਮਾਰੋ ਉਹਨੂੰ ਭਜਾ ਦਿਓ ਤੇ ਸਾਡੇ ਰਾਜ ਦੇ ਵਿੱਚ ਜਿਹੜਾ ਇੱਕ ਜੰਗਲ ਰਾਜ ਜਿਹੜਾ ਵਾ ਉਹਨੂੰ ਤੁਸੀਂ ਜਿਹੜੀ ਆ ਆਪਦਾ ਇੱਕ ਮਾਡਲ ਜਿਹੜਾ ਉਹ ਇਹਨੇ ਦਰਸਾਇਆ ਔਰ ਮੈਂ ਇਹ ਗੱਲ ਦੱਸਣਾ ਚਾਹੁੰਦਾ ਵੀ ਅਸੀਂ ਹਮੇਸ਼ਾ ਹੀ ਜਿਹੜਾ ਵਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਲਾਅ ਐਂਡ ਆਰਡਰ ਤੋਂ ਉੱਤੇ ਕੋਈ ਚੀਜ਼ ਨਹੀਂ ਹੈਗੀ ਉਹਦੇ ਦਾਇਰੇ ਚ ਰਹਿ ਕੇ ਹਰ ਕੰਮ ਜਿਹੜਾ ਵਾ ਉਹ ਕਰਨਾ ਚਾਹੀਦਾ ਔਰ ਹੋਣਾ ਚਾਹੀਦਾ ਔਰ ਉਹਦੇ ਚ ਆਮ ਬੰਦੇ ਦੀ ਜਿਹੜੀ ਆ ਉਹ ਤਾਂ ਹੀ ਉਹ ਸੁਰੱਖਿਅਤ ਸਮਝਦਾ ਔਰ ਇਹ ਮੇਰੇ ਤੇ ਇਲਜ਼ਾਮ ਲਾ ਰਿਹਾ ਤੇ ਮੈਂ ਇਹ ਲੋਕਾਂ ਦੇ ਸਾਹਮਣੇ ਇੱਕ ਦੋ ਗੱਲਾਂ ਅੱਜ ਮੈਂ ਲੈ ਕੇ ਆਉਣਾ ਚਾਹੁੰਦੀ ਆ ਜਿਹੜੀਆਂ ਪੁਰਾਣੇ ਟਾਈਮ ਦੀਆਂ ਜਿਹੜੀਆਂ ਬੀਤੀਆਂ ਜਿਹੜੀਆਂ ਗੱਲਾਂ ਵਾ ਜਦੋਂ ਦੇਖੋ ਅੱਤਵਾਦ ਦਾ ਦੌਰ ਆਇਆ ਤੇ ਇਹੋ ਜਿਹੇ ਬੰਦਿਆਂ ਨੇ ਉਹਦੇ ਵਿੱਚ ਬਲਦੀ ਦੇ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਔਰ ਜਦੋਂ ਕੋਈ ਇਹਨਾਂ ਦੀਆਂ ਗੱਲਾਂ ਸੀ ਆਪ ਭੱਜ ਜਾਂਦੇ ਰਹੇ ਪਿੱਛੇ ਹੁੰਦੇ ਰਹੇ ਔਰ ਜਿਹੜੇ ਸਾਡੇ ਨੌਜਵਾਨ ਬੱਚੇ ਸੀ ਜਾਂ ਸਾਡੇ ਇਲਾਕੇ ਦਾ ਜੋ ਇੱਥੋਂ ਏਰੀਆ ਦਾ ਨੁਕਸਾਨ ਹੋਇਆ ਉਹ ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਵੀ ਪਤਾ ਵਾ ਔਰ ਸ਼ਬਦਾਂ ਦੇ ਵਿੱਚ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜਾ ਅੱਤਵਾਦ ਦਾ ਕਾਲਾ ਦੌਰ ਸੀ ਉਹ ਕਿਹੜਾ ਸੰਤਾਪ ਜਿਹੜਾ ਵਾ ਅਸੀਂ ਭੋਗਿਆ ਔਰ ਉਸੇ ਤਹਿਤ ਹੀ ਇੱਕ ਪਿੱਛੇ ਜੇ ਵੀ ਜ਼ਿਕਰ ਚੱਲਿਆ ਇਹਦੇ ਉੱਤੇ 346 ਨੰਬਰ ਇੱਕ 302 ਦੀ ਐਫ ਆਈ ਆਰ ਦਰਜ ਹੋਈ ਜਿਹਦੇ ਵਿੱਚ ਇਹਨਾਂ ਹਿੰਦੂ ਡਾਕਟਰ ਜਿਹੜਾ ਡਾਕਟਰ ਤਰੇਨ ਉਹਦਾ ਕਤਲ ਇਹਨੇ ਕੀਤਾ ਔਰ ਉਹਦੇ ਨਾਲ ਹੀ ਉਹਨਾਂ ਦਿਨਾਂ ਦੇ ਵਿੱਚ ਹੋਰ ਇੱਕ ਐਫ ਆਈ ਆਰ ਦਰਜ ਹੋਈ ਸੀ ਜਿੱਥੇ ਰੇਲਵੇ ਪੁਲਿਸ ਵੱਲੋਂ ਉੱਥੇ ਵੀ ਇਹਨੇ 302 ਦਾ ਉੱਥੇ ਵੀ ਇਹਨੇ ਬੰਦੇ ਮਾਰੇ ਸੀ ਔਰ ਇੱਕ ਜਿਹੜੀ ਭਿਖੀਵਿੰਡ ਜਿਹੜਾ ਅਮਰਕੋਟ ਜਿਹੜਾ ਅੱਡੇ ਦੇ ਵਿੱਚ ਸਭ ਤੋਂ ਪਹਿਲਾਂ ਕਤਲੇਆਮ ਹੋਇਆ ਸੀ ਜਿੱਥੇ ਇਹਨੇ ਜਿਹੜੇ ਸੁਨਿਆਰੇ ਜਿਹੜੇ ਹਿੰਦੂ ਸੀਗੇ ਬੱਸ ਚੋਂ ਲਾਹ ਕੇ ਗੁੱਟ ਉਹਨਾਂ ਦੇ ਵੱਢ ਕੇ ਤੇ ਉਹਨਾਂ ਦੀਆਂ ਸੋਨੇ ਦੇ ਕੜੇ ਤੇ ਮੁੰਦਰਾ ਲਾ ਕੇ ਭੱਜਾ ਸੀ ਇਹ ਸਾਰੀਆਂ ਗੱਲਾਂ ਇੱਥੇ ਇਹ ਦਰਜ ਆ ਲੋਕਾਂ ਦੇ ਮਨਾਂ ਦੇ ਵਿੱਚ ਵੀ ਉਸ ਟਾਈਮ ਦੇ ਵਿੱਚ ਇਹ ਬੰਦੇ ਦਾ ਕੀ ਕਰੈਕਟਰ ਆ ਔਰ ਉਹਦੇ ਵਿੱਚ ਜਦੋਂ ਉਹਦੀ ਤਫਤੀਸ਼ ਚੱਲੀ ਕੋਰਟ ਨੇ ਲਿਖ ਕੇ ਡੀਸੀ ਨੂੰ ਭੇਜਿਆ ਡੀਸੀ ਨੇ ਪਟਵਾਰੀ ਨੂੰ ਵੀ ਇਹ ਬੰਦੇ ਨੂੰ ਤਲਬ ਕਰੋ ਪੀਓ ਹੋ ਗਿਆ ਔਰ ਉਹ ਮੈਂ ਦਸਤਾਵੇਜ਼ ਤੁਹਾਨੂੰ ਉਦੋਂ ਦੇ ਤੁਹਾਨੂੰ ਦਿਖਾਉਣਾ ਚਾਹੁੰਦਾ ਆਹ ਦੇਖੋ ਇਹ 11/9/99 ਦੀ ਰਿਪੋਰਟ ਆ ਪਟਵਾਰੀ ਬਲਟੋਹੇ ਦੀ ਇਸ ਚ ਲਿਖਿਆ ਵਾ ਇਸ ਪਟਵਾਰੀ ਦੀ ਰਿਪੋਰਟ ਜਿਹੜੀ ਆ ਵੀ ਵਿਰਸਾ ਸਿੰਘ ਪੁੱਤਰ ਜਿਹੜਾ ਸੋਹਣ ਸਿੰਘ ਹੈ ਵਾਸੀ ਬਲਟੋਹਾ ਤਹਿਸੀਲ ਪੱਟੀ ਮਾਲਕ ਜ਼ਮੀਨ ਕੋਈ ਨਹੀਂ ਹੈ ਅਤੇ ਨਾ ਹੀ ਇਸ ਦੀ ਕੋਈ ਚੱਲ ਜਾਂ ਅਚੱਲ ਜਾਇਦਾਦ ਹੈ ਇੱਥੋਂ ਪਤਾ ਲੱਗਦਾ ਵੀ ਇਹ ਵਿਰਸਾ ਸਿੰਘ ਬਲਟੋਹੇ ਦੀ 89 ਦੇ ਵਿੱਚ 90 ਦੇ ਵਿੱਚ ਇਹਦੇ ਸਿਆਸਤ ਆਉਣ ਤੋਂ ਪਹਿਲਾਂ ਇੱਕ ਵੀ ਮਰਲਾ ਇਹਦੀ ਜ਼ਮੀਨ ਇਹਦੇ ਨਾਂ ਤੇ ਇਹਦੇ ਪਿੰਡ ਚ ਨਹੀਂ ਹੈਗੀ ਕੱਖ ਵੀ ਇਹਦੇ ਕੋਲ ਪਿੰਡ ਦੇ ਵਿੱਚ ਨਹੀਂ ਸੀ ਹੈਗਾ ਕਿਸੇ ਵੀ ਇੱਕ ਮਰਲੇ ਦਾ ਮਾਲਕ ਨਹੀਂ ਸੀ ਔਰ ਅੱਜ ਆਹ ਜਿਹੜੀ ਆ ਇਹਦੀ ਜਿਹੜੀ ਹੈਗੀ ਆ ਪਿੰਡ ਦੀ ਮਾਲਕੀ ਆ ਅੱਜ ਵੀ ਇਹਦੀ ਜਿਹੜੀ ਆ ਆ 17 ਕਨਾਲ ਤੇ ਆ ਇਹਦੀ ਜਿਹੜੀ ਆ ਇਹ ਇਹਦੀ ਮਾਲਕੀ ਜਿਹੜੀ ਆ ਉਹ ਠੀਕ ਹੈ ਔਰ ਜਿਹੜੀ ਅੰਮ੍ਰਿਤਸਰ ਦੇ ਵਿੱਚ ਇਹਦੀ
745 ਨੰਬਰ ਜਿਹੜੀ ਇਹਦੀ ਕੋਠੀ ਡੀ ਬਲਾਕ ਦੇ ਵਿੱਚ ਜਿਹੜੀ ਇੱਕ ਕਨਾਲ ਦੀ ਤਕਰੀਬਨ ਸੋ ਤੋਂ ਵੀ ਵੱਡੀ ਆ ਸ਼ਾਇਦ ਕਰੋੜਾਂ ਰੁਪਈਆਂ ਦੀ ਉਹ ਪ੍ਰੋਪਰਟੀ ਬਣਾਈ ਕਰੋੜਾਂ ਰੁਪਈਆਂ ਦੀ ਕਬੀਰ ਪਾਰਕ ਵਿੱਚ ਪ੍ਰੋਪਰਟੀ ਬਣਾਈ ਔਰ ਮੇਰੇ ਕਹਿਣ ਦਾ ਮਤਲਬ ਵੀ ਪੈਸਾ ਸਾਰਾ ਕਿੱਥੋਂ ਆਇਆ ਪਿਛਲੇ 10 ਸਾਲਾਂ 'ਚ ਜਿਹੜੇ ਸਾਡੇ ਨੌਜਵਾਨ ਬੱਚੇ ਜਿਹੜੇ ਨਸ਼ੇ ਦੇ ਕਾਰਨ ਸਾਡੇ ਮੌਤ ਦੀ ਸੂਲੀ ਚੜਿਆ ਉਹਦੇ ਵਿੱਚ ਇਹ ਬੰਦੇ ਦਾ ਹੱਥ ਆ ਇਹਨੇ ਉਦੋਂ ਵੀ ਬਲਦੀ ਦਾ ਤੇਲ ਅੱਤਵਾਦ ਦੇ ਵਿੱਚ ਵੀ ਇਹਨੇ ਬਲਦੀ ਦਾ ਤੇਲ ਪਾਇਆ ਜਦੋਂ ਸਰਕਾਰ ਦੇ ਵਿੱਚ ਆਇਆ ਉੱਥੇ ਇਹਨਾਂ ਨੁਮਾਇੰਦਗੀ ਕੀਤੀ ਔਰ ਉੱਥੇ ਵੀ ਇਹਨੇ ਜਿਹੜਾ ਵਾ ਬਲਦੀ ਦਾ ਤੇਲ ਪਾ ਕੇ ਤੇ ਨਸ਼ੇ ਦਾ ਜਿਹੜਾ ਵਪਾਰ ਆ ਘਰ ਘਰ ਦੇ ਵਿੱਚ ਵਾੜਿਆ ਔਰ ਆਪਦੀਆਂ ਜਿਹੜੀਆਂ ਜ਼ਮੀਨ ਜਾਇਦਾਦਾਂ ਇਹਨੇ ਉਹ ਬਣਾਈਆਂ ਔਰ ਉਹਦੇ ਨਾਲ ਮੈਂ ਇਹ ਵੀ ਗੱਲ ਤੁਹਾਡੇ ਸਾਰਿਆਂ ਦੇ ਧਿਆਨ ਦੇ ਵਿੱਚ ਲਾਉਣਾ ਚਾਹੁੰਦਾ ਵੀ ਜਦੋਂ ਇਹ ਦਰਬਾਰ ਸਾਹਿਬ ਦੇ ਵਿੱਚ ਜਦੋਂ ਉੱਥੇ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਜਿਹਦੇ ਵਿੱਚ ਇਹ ਮੋਹਰੀ ਸੀਗਾ ਵਿਰਸਾ ਸਿੰਘ ਵਲਟੋਹਾ ਇਹਨਾਂ ਨੇ ਉੱਥੇ ਅਰਦਾਸਾਂ ਕੀਤੀਆਂ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਵੀ ਇੱਥੋਂ ਅਸੀਂ ਸਾਡੀਆਂ ਲਾਸ਼ਾਂ ਹੀ ਸਾਡੀਆਂ ਨਿਕਲਣਗੀਆਂ ਅਸੀਂ ਜਿਹੜਾ ਵਾ ਇੱਥੋਂ ਜੋ ਮਰਜ਼ੀ ਹੋ ਜਾਏ ਅਸੀਂ ਇੱਥੋਂ ਨਹੀਂ ਲੈਣਾ ਔਰ ਤੁਸੀਂ ਸਾਰਿਆਂ ਨੇ ਜਿੰਨੇ ਵੀ ਮੇਰੇ ਸਾਥੀ ਮੇਰੇ ਭਰਾ ਜਿਹੜੇ ਆ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਆ ਉਹਨਾਂ ਸਾਰਿਆਂ ਵੇਖੀਆਂ ਵੀ ਇਹੋ ਹੀ ਵਿਰਸਾ ਸਿੰਘ ਵਲਟੋਹਾ ਜਿੰਨਾ ਮਰਜ਼ੀ ਉੜਿਆਂ ਦੀ ਅਰਦਾਸਾਂ ਕੀਤੀਆਂ ਸੀ ਉਹ ਖੁਦ ਜਿਹੜੇ ਬਾਹਾਂ ਖੜੀਆਂ ਕਰਕੇ ਉੱਥੋਂ ਦਰਬਾਰ ਸਾਹਿਬ ਦੇ ਵਿੱਚੋਂ ਨਿਕਲੇ ਆ ਸਾਰੇ ਜਦੋਂ ਵੀ ਆ ਜੂਨ ਦਾ ਮਹੀਨਾ ਆਉਂਦਾ ਵਾ ਇਹੋ ਜਿਹੀਆਂ ਪਿਕਚਰਾਂ ਜਿਹੜੀਆਂ ਵਾ ਸੋਸ਼ਲ ਮੀਡੀਆ ਤੇ ਆਉਂਦੀਆਂ ਰਹਿੰਦੀਆਂ ਸੋ ਮੇਰੇ ਕਹਿਣ ਤੋਂ ਭਾਵ ਵੀ ਜਿਹੜਾ ਜਿਹਨੇ ਗੁਰੂ ਘਰ ਜਾ ਕੇ ਸਹੁੰ ਖਾ ਕੇ ਲੋਕਾਂ ਦੇ ਸਾਹਮਣੇ ਜਿਹਨੂੰ ਪਤਾ ਉਹ ਉਹਦਾ ਨਹੀਂ ਹੋ ਸਕਿਆ ਸੋ ਇਹੋ ਜਿਹੇ ਬੰਦੇ ਦੀ ਗੱਲ ਦੇ ਉੱਤੇ ਜਿਹੜਾ ਵਾ ਕੀ ਵਿਸ਼ਵਾਸ ਕੀਤਾ ਜਾ ਸਕਦਾ ਔਰ ਕਿੰਨੀ ਕੁ ਉਸ ਦੇ ਬੰਦੇ ਦੀ ਗੱਲ ਦੇ ਉੱਤੇ ਸੱਚਾਈ ਆ ਸੋ ਮੈਂ ਇਸ ਬੰਦੇ ਦੀ ਜਿਹੜੀ ਪਿਛਲੇ 30-32 ਸਾਲ ਦੀ ਜਿਹੜਾ ਇਹਦਾ ਜੀਵਨ ਸੀ ਉਹਦੇ ਉੱਤੇ ਮੈਂ ਇਹ ਗੱਲ ਜਿਹੜੀ ਆ ਇਹ ਰੱਖਣਾ ਚਾਹੁੰਦਾ ਹਾਂ ਵੀ ਇਹਦਾ ਕਰੈਕਟਰ ਬੰਦੇ ਦਾ ਕੀ ਆ ਇਹ ਕਿੱਥੋਂ ਬੰਦਾ ਤੁਰਿਆ ਵਾ ਔਰ ਇਹਨੇ ਇਲਾਕੇ ਨੂੰ ਸਮਾਜ ਨੂੰ ਇਹਨੇ ਕੀ ਦੇਣ ਇਹਨੇ ਦਿੱਤੀ ਆ ਵੀ ਜਦੋਂ ਅੱਤਵਾਦ ਦਾ ਦੌਰ ਆਇਆ ਉਦੋਂ ਇਹਦਾ ਕੀ ਰੋਲ ਰਿਹਾ ਔਰ ਜੇ ਸਰਕਾਰ ਦੇ ਵਿੱਚ ਆਇਆ ਤੇ ਉੱਥੇ ਇਹਨੇ ਜਿਹੜਾ ਵਾ ਕੀ ਇਹਨੇ ਭੂਮਿਕਾ ਨਿਭਾਈ ਆ ਔਰ ਇਹ ਬੰਦੇ ਜਿਹੜੇ ਆ ਇਹਨਾਂ ਦੇ ਇੱਥੋਂ ਤੱਕ ਵੀ ਇਹਨੇ ਵਿਰਸਾ ਹੁਣ ਅੰਗਰੇਜ਼ ਨਹੀਂ ਕੀਤਾ ਵੀ ਵਿਧਾਨ ਸਭਾ ਦੇ ਵਿੱਚ ਜਾ ਕੇ ਜਿੱਥੋਂ ਸਾਰਿਆਂ ਨੇ ਜਦੋਂ ਚੁਣ ਕੇ ਇਹਨੂੰ ਭੇਜਿਆ ਸਰਕਾਰ ਉੱਥੇ ਬਣੀ ਤੇ ਉੱਥੇ ਜਾ ਕੇ ਕਹਿੰਦਾ ਰਿਹਾ ਮੈਂ ਅੱਤਵਾਦੀ ਸੀ ਤੇ ਅੱਤਵਾਦੀ ਹਾਂ ਤੇ ਅੱਤਵਾਦੀ ਰਹੂੰਗਾ ਤੇ ਇਹੋ ਜਿਹੇ ਅੱਤਵਾਦੀ ਦੇ ਕੋਲੋਂ ਅੱਤਵਾਦੀ ਨਹੀਂ ਜਾਅਲੀ ਅੱਤਵਾਦੀ ਜਿਹੜਾ ਵਾ ਇਹ ਜਾਅਲੀ ਬੰਦੇ ਤੋਂ ਇਹ ਕੀ ਆਪਾਂ ਇਹਦੇ ਤੋਂ ਆਪਾਂ ਕਰ ਸਕਦੇ ਔਰ ਇੱਥੇ ਤਰਨ ਤਾਰਨ ਦੀਆਂ ਹੋਰ ਮੀਟਿੰਗਾਂ ਦੇ ਵਿੱਚ ਜਿੱਥੇ ਕੋਈ ਜੇ ਸਰਕਾਰ ਦੇ ਵਿੱਚ ਆ ਤੇ ਤੁਸੀਂ ਕੰਮ ਕਰਾਉਣਾ ਵਾ ਤੇ ਉੱਥੇ ਜਾ ਕੇ ਵੀ ਇਹ ਕਹਿੰਦਾ ਰਿਹਾ ਵੀ ਮੈਂ ਸਾਨੂੰ ਮਜਬੂਰ ਨਾ ਕਰੋ ਵੀ ਅਸੀਂ ਪੁਰਾਣੀਆਂ ਅਸੀਂ ਸਾਲਟਾਂ ਚੁੱਕ ਲੈਣੀਆਂ ਵਾ ਅਸੀਂ ਇਹ ਕਰ ਦੇਣਾ ਅਸੀਂ ਉਹ ਕਰ ਦੇਣਾ ਵਾ ਸੋ ਇਹੋ ਜਿਹੇ ਜਿਹੜੇ ਇੱਕ ਨਾਕਾਮ ਜਿਹੜੇ ਬੰਦੇ ਆ ਜਿਹੜੀ ਮਾੜੀ ਸੋਚ ਵਾਲੇ ਬੰਦੇ ਆ ਇਹਨਾਂ ਤੋਂ ਮੇਰੇ ਕਹਿਣ ਦਾ ਭਾਵ ਵੀ ਬਚਣ ਦੀ ਲੋੜ ਹੈ ਔਰ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਵਾ ਇਹਨਾਂ ਨੂੰ ਸਬਕ ਜਿਹੜਾ ਵਾ ਸਿਖਾਉਂਦੇ ਰਹਿਣਾ ਚਾਹੀਦਾ ਤਾਂ ਜੋ ਜਿਹੜਾ ਆਪਣਾ ਸਮਾਜ ਆਪਣਾ ਲੋਕ ਆਪਣੇ ਬੱਚੇ ਜਿਹੜੇ ਸੁਰੱਖਿਅਤ ਰਹਿ ਸਕਣ ਔਰ ਜਿਹੜੀਆਂ ਵੀ ਇਹ ਚੀਜ਼ਾਂ ਵਾ ਇਹਨਾਂ ਦੀ ਦੇਖ ਰੇਖ ਕਰਨੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਇਹ ਆਪਣਾ ਸੂਬਾ ਆਪਣਾ ਵਾ ਹਲਕਾ ਵਾ ਆਪਣਾ ਵਾ ਘਰ ਆਪਣਾ ਵਾ ਇਹਨਾਂ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਸਿਰ ਤੇ ਬਣਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਸੋਸ਼ਲ ਮੀਡੀਆ ਤੇ ਖੇਮ ਕਰਨ ਦੇ ਮੌਜੂਦਾ ਵਿਧਾਇਕ ਸੁਖਪਾਲ ਭੁੱਲਰ ਦੀ ਇੱਕ ਵੀਡੀਓ ਦੇਖੀ ਹੈ ਤੇ ਹੁਣ ਸਪਸ਼ਟੀਕਰਨ ਦੇਣ ਦੀ ਕੀ ਲੋੜ ਪੈ ਗਈ ਤੈਨੂੰ ਹੁਣ ਲੋਕਾਂ ਨੂੰ ਇਹ ਦੱਸਣ ਦੀ ਲੋੜ ਕੀ ਪੈ ਗਈ ਕਿ ਵਲਟੋਹਾ ਸਾਹਿਬ ਦੇ ਦਫ਼ਤਰ ਦੇ ਉੱਤੇ ਮੈਂ ਛਾਪੇਮਾਰੀ ਨਹੀਂ ਕਰਵਾਈ ਇਹ ਉੱਪਰੋਂ ਹੋਈ ਹੈ ਕਿਉਂਕਿ ਤੇਰੀ ਇਸ ਗੰਦੀ ਕਰਤੂਤ ਕਰਕੇ ਤੇਰੀ ਇਸ ਮਾੜੀ ਹਰਕਤ ਕਰਕੇ ਅੱਜ ਤੈਨੂੰ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਲੋਕ ਹੀ ਨਹੀਂ ਤੈਨੂੰ ਕਾਂਗਰਸੀ ਵੀ ਲਾਹਣਤਾ ਪਾਉਂਦੇ ਆ ਮੈਨੂੰ ਤਾਂ ਇਸ ਤੱਕ ਪਤਾ ਲੱਗਾ ਹੈ ਕਿ ਤੇਰੇ ਪਿਓ ਨੇ ਵੀ ਤੇਰੀ ਇਸ ਹਰਕਤ ਦਾ ਵਿਰੋਧ ਕੀਤਾ ਅਤੇ ਤੂੰ ਕਹਿੰਦਾ ਕਿ ਤੂੰ ਛਾਪੇਮਾਰੀ ਨਹੀਂ ਕਰਵਾਈ ਵਿਧਾਨ ਸਭਾ ਹਲਕਾ ਖੇਮ ਕਰਨ ਦੇ 5 ਥਾਣਿਆਂ ਦੀ ਪੁਲਿਸ 5 ਥਾਣਿਆਂ ਦੇ SHO ਤੂੰ ਛਾਪੇਮਾਰੀ ਤੋਂ ਪਹਿਲਾਂ ਆਪਦੇ ਘਰੇ ਇਕੱਠੇ ਕੀਤੇ ਘਰੋਂ ਜਮਾਵੜਾ ਬਣਾ ਕੇ ਤੂੰ ਮੇਰੇ ਦਫ਼ਤਰ 'ਤੇ ਘੱਲੇ ਉਹ ਦਫ਼ਤਰ ਜਿਹੜਾ ਪਿਛਲੇ 3 ਸਾਲਾਂ ਤੋਂ ਬੰਦ ਹੈ ਜਿੱਥੇ ਕਿਸੇ ਤਰ੍ਹਾਂ ਦੀ ਕੋਈ ਬਿਜਲੀ ਦੀ ਕੰਜਮਸ਼ਨ ਨਹੀਂ ਕੋਈ ਖਪਤ ਨਹੀਂ ਕੋਈ ਵਰਤੋਂ ਨਹੀਂ ਹੋ ਰਹੀ ਅਤੇ ਜਦੋਂ ਦਫ਼ਤਰ ਚੱਲਦਾ ਸੀ ਜਦੋਂ ਉੱਥੇ ਖਪਤ ਹੁੰਦੀ ਸੀ ਉਦੋਂ ਬਿੱਲ ਵੀ ਭਰਦੇ ਸੀ ਉਦੋਂ ਮੀਟਰ ਵੀ ਚੱਲਦਾ ਸੀ ਪਰ ਜਿਹੜੀਆਂ ਮਾੜੀਆਂ ਹਰਕਤਾਂ 'ਤੇ ਤੁਸੀਂ ਆ ਗਏ ਜੇ ਰਾਜਨੀਤੀ ਕਰੋ ਜੰਮ ਜੰਮ ਕੇ ਕਰੋ ਮੈਨੂੰ ਤੁਸੀਂ ਮੇਰੇ ਤੁਸੀਂ ਖਾਨਦਾਨ ਦੇ ਤੱਕ ਤੁਸੀਂ ਗਿਣਦੇ ਜੇ ਮੈਂ ਕਿਹਦੇ ਕਿਹਾ ਮੈਂ ਤਾਂ ਹਮੇਸ਼ਾ ਕਹਿੰਦਾ ਕਿ ਮੈਂ ਮਹਾਦਰ ਕਿਸਾਨ ਦਾ ਪੁੱਤ ਹੈ ਮੈਂ ਕਦੇ ਨਹੀਂ ਕਿਹਾ ਕਿ ਮੈਂ ਅੰਗਰੇਜ਼ਾਂ ਦੇ ਟਾਊਟ ਕਿਸੇ ਜਾਇਦਾਦ ਦੇ ਪਰਿਵਾਰ ਦਾ ਪੁੱਤ ਹੈ ਜਿਸ ਤਰ੍ਹਾਂ ਤੁਸੀਂ ਅੰਗਰੇਜ਼ਾਂ ਦੇ ਟਾਈਮ ਟੁੱਟੀ ਕਰਦੇ ਰਹੇ ਜੇ ਨਾ ਤੇਰਾ ਪਰਿਵਾਰ ਟੁੱਟੀ ਕਰਦਾ ਰਿਹਾ ਅਤੇ ਜਾਇਦਾਰ ਬਣਿਆ ਅੰਗਰੇਜ਼ਾਂ ਦਾ ਅਤੇ ਜਾਇਦਾਰੀਆਂ ਨੂੰ ਵਿਰਸਾ ਸਿੰਘ ਵਲਟੋਹਾ ਨੇ 14 ਸਾਲ ਸਿਰ ਨਹੀਂ ਚੁੱਕਣ ਦਿੱਤਾ 14 ਸਾਲ ਹਰੇਕ ਇਲੈਕਸ਼ਨ ਦੇ ਵਿੱਚ ਤੁਹਾਡੇ ਵਰਗੇ ਵੱਡੇ ਜਾਇਦਾਰਾਂ ਨੂੰ ਵਿਰਸਾ ਸਿੰਘ ਵਲਟੋਹਾ ਨੇ ਉਸ ਵਾਹਿਗੁਰੂ ਦੀ ਕਿਰਪਾ ਨਾਲ
ਅਤੇ ਹਲਕੇ ਦੀ ਸੰਗਤ ਦੇ ਸਹਿਯੋਗ ਨਾਲ ਹਰਾਇਆ। ਜਿਹੜਾ ਤੂੰ ਹੁਣ ਕਹਿੰਦਾ ਕਿ ਮੈਂ 2017 ਦੀ ਵਿਧਾਨ ਸਭਾ ਜਿੱਤ ਗਿਆ, ਤੂੰ ਨਹੀਂ ਜਿੱਤਿਆ, ਹਾਲਾਤ ਬਣ ਗਏ, ਤੇਰਾ ਦਾਅ ਲੱਗ ਗਿਆ। ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ ਹਾਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਕੁਛ ਹਲਕੇ ਵਾਸਤੇ ਕੀਤਾ ਜੀ? ਕੀ ਸਵਾਰਿਆ ਜੀ ਹਲਕੇ ਦਾ? ਬਾਂ ਬਾਂ ਹੋਈ ਪਈ ਆ, ਲੋਕਾਂ ਦੀਆਂ ਚੀਕਾਂ ਵੱਜਣ ਡੀਆਂ ਨੇ। ਔਰ ਮੇਰਾ ਇੱਕੋ ਸਵਾਲ ਹੈ ਤੈਨੂੰ, ਤੂੰ ਆਪਣੀ 3 ਸਾਲਾਂ ਦੀ ਇੱਕ ਪ੍ਰਾਪਤੀ ਗਿਣਾ ਦੇ, ਇੱਕ ਕੰਮ ਗਿਣਾ ਦੇ। ਪਰ ਦੂਜੇ ਪਾਸੇ ਤੂੰ ਮੇਰੇ ਵੱਲੋਂ ਖੋਲ੍ਹਿਆ ਹੋਇਆ ਇੰਜੀਨੀਅਰ ਕਾਲਜ ਜਿਹੜਾ ਭਿੱਖੀਵੜ ਸੀਗਾ, ਜਿੱਥੇ 2 ਸਾਲ ਤੋਂ ਕਲਾਸਾਂ ਚੱਲਦੀਆਂ ਸੀ ਮੇਰੀ ਸਰਕਾਰ ਦੇ ਸਮੇਂ, ਔਰ ਤੂੰ MLA ਬਣ ਗਿਆ ਅਤੇ ਉਸ ਇੰਜੀਨੀਅਰਿੰਗ ਕਾਲਜ ਨੂੰ ਤਾਲਾ ਵੱਜ ਗਿਆ। ਆਦਰਸ਼ ਸਕੂਲ ਬੰਦ ਕਰਤਾ, ਮਾਡਲ ਸਕੂਲ ਬੰਦ ਕਰਤਾ, RO ਬੰਦ ਕਰਤੇ, ਸੇਵਾ ਕੇਂਦਰ ਬੰਦ ਕਰਤੇ। ਔਰ ਮੈਂ ਇੱਕ ਬੜੇ ਤਰੱਦ ਤੋਂ ਬਾਅਦ, ਬੜੀ ਮਿਹਨਤ ਤੋਂ ਬਾਅਦ ਇੱਕ ਸਬ ਡਿਵੀਜ਼ਨ ਭਿੱਖੀਵਿੰਡ ਲੈ ਕੇ ਆਇਆ ਸੀ, ਤੂੰ ਆਪਦੇ ਲਾਲਚ ਦੇ ਕਾਰਨ ਉਸ ਸਬ ਡਿਵੀਜ਼ਨ ਦੇ ਪੈਰ ਹੀ ਨਹੀਂ ਲੱਗਣ ਦਿੱਤੇ। ਕਦੇ ਤੂੰ ਕਿਸੇ ਪਾਸੇ ਲੈ ਜਾਂਦਾ, ਕਦੇ ਤੂੰ ਕਿਸੇ ਪਾਸੇ ਲੈ ਜਾਂਦਾ ਆ, ਅਤੇ ਲਾਲਚ ਤੇਰਾ ਕੀ ਹੈ? ਤੂੰ ਆਪਦੀ ਜ਼ਮੀਨ ਜਿਹੜੀ ਹੈ ਸਸਤੀ ਹੈ, ਉਹਨੂੰ ਸਰਕਾਰ ਨੂੰ ਮਹਿੰਗੇ ਭਾਅ ਕਰੋੜਾਂ ਰੁਪਈਏ ਦੀ ਵੇਚਣੀ ਚਾਹੁੰਦਾ ਹੈ ਅਤੇ ਕਰੋੜਾਂ ਰੁਪਈਏ ਕਮਾਉਣਾ ਚਾਹੁੰਦਾ। ਤੂੰ ਸਬ ਡਿਵੀਜ਼ਨ ਦੀ ਡੰਡ ਲਾ ਕੇ ਰੱਖ ਦਿੱਤੀ, ਸਬ ਡਿਵੀਜ਼ਨ ਜਿਹੜੀ ਮੈਂ ਬੜੀ ਮਿਹਨਤ ਤੋਂ ਬਾਅਦ ਲਿਆਉਂਦੀ ਸੀ, ਤੂੰ ਰੋੜ ਕੇ ਰੱਖ ਦਿੱਤੀ। ਔਰ ਮੈਂ ਨਹੀਂ ਕਹਿੰਦਾ, ਹਲਕੇ ਦੇ ਲੋਕ ਕਹਿੰਦੇ ਹੈ ਕਿ ਸੁਖਪਾਲ ਭੁੱਲਰ ਨੂੰ ਕੇਵਲ ਅਤੇ ਕੇਵਲ ਪੈਸਾ ਚਾਹੀਦਾ। ਔਰ ਤੇਰੇ ਤਾਂ ਹੁਣ ਸਰਪੰਚ ਵੀ ਕਹਿੰਦੇ ਕਿ ਸਾਡੇ ਕੋਲੋਂ ਪੈਸੇ ਲੈ ਲਿਆ ਕਿ ਸਾਨੂੰ ਸਰਪੰਚ ਬਣਾਇਆ। ਅਸੀਂ ਤਾਂ ਸੋਚਦੇ ਸੀਗੇ ਅਕਾਲੀ ਸਰਕਾਰ ਸਮੇਂ ਜਿਸ ਤਰ੍ਹਾਂ ਗ੍ਰਾਂਟਾਂ ਆਉਂਦੀਆਂ ਸੀ ਉਸ ਤਰ੍ਹਾਂ ਮੀਂਹ ਵਰਨਾ ਆ, ਤਾਂ ਸਾਡੇ ਕੋਲ ਤਾਂ ਪੈਸੇ ਵੀ ਲੈ ਲਏ, ਸਾਡੇ 'ਤੇ ਧੌਣ 'ਤੇ ਗੋਡਾ ਧਰ ਕੇ, ਤਾਂ ਸਾਨੂੰ ਦਿੱਤਾ ਵੀ ਕੱਖ ਨਹੀਂ। ਔਰ ਅਕਾਲੀ ਸਰਕਾਰ ਸਮੇਂ ਦੀਆਂ ਜਿਹੜੀਆਂ ਆਖਰੀ ਸਮੇਂ ਗ੍ਰਾਂਟਾਂ ਪਈਆਂ ਸੀ ਖਾਤਿਆਂ ਦੇ ਵਿੱਚ, ਉਹ ਸਾਰੀਆਂ ਤੂੰ ਕਢਾਈਆਂ, ਆਪਦੇ ਨਿੱਜ ਵਾਸਤੇ ਤੂੰ ਸਾਰੇ ਪੈਸੇ ਕਢਾ ਗਿਆ, ਤੂੰ ਘਪਲਾ ਕਰ ਗਿਆ। ਔਰ ਪੰਚਾਇਤੀ ਬੋਲੀਆਂ ਦੇ ਪੈਸੇ 2017 ਦੇ ਹਲਕੇ ਦੀਆਂ ਜ਼ਮੀਨਾਂ ਦੇ, ਵੱਖ ਵੱਖ ਪਿੰਡਾਂ ਦੇ, 2018 ਦੇ, 2017 ਦੇ ਸਾਰੇ ਪੈਸੇ ਤੂੰ ਖਾਧੇ, ਸਾਰੇ ਪੈਸੇ ਤੂੰ ਤੇਰੇ ਘਰੇ ਪਹੁੰਚੇ। ਪਹੁੰਚੇ ਕਿ ਨਹੀਂ ਪਹੁੰਚੇ ਮੈਂ ਨਹੀਂ ਕਹਿੰਦਾ, ਉਹਨਾਂ ਪਿੰਡਾਂ ਦੇ ਕਾਂਗਰਸੀ ਕਹਿੰਦੇ, ਉਹਨਾਂ ਪਿੰਡਾਂ ਦੇ ਕਾਂਗਰਸੀ ਆਗੂ ਕਹਿੰਦੇ ਹੈ। ਮਤਾ ਸੋਚੀ, ਤੇਰੇ ਸਾਰੇ ਕਾਂਗਰਸੀ ਆਗੂ ਮੈਨੂੰ ਮਿਲਦੇ ਹੈ, ਮੇਰੇ ਕੋਲ ਧਾਹਾਂ ਮਾਰਦੇ ਹੈ ਕਿ ਠੀਕ ਹੈ ਕਿ ਅਸੀਂ ਉਹਦੇ ਨਾਲ ਸੀ, ਡਟ ਕੇ ਖੜੋਤੇ ਸੀ, ਪਰ ਤੇਰੀਆਂ ਕਰਤੂਤਾਂ ਤੋਂ ਰੋਂਦੇ। ਔਰ ਤੂੰ ਗੱਲਾਂ ਕਰਦਾ, ਤੁਹਾਡੀ ਤਾਂ ਅੱਜ ਵੀ ਤੇਰੇ ਪਰਿਵਾਰ ਦੀ, ਤੇਰੀ ਅੱਜ ਵੀ ਉਹ ਆਡੀਓ ਜਿਹੜੀ ਰਿਕਾਰਡਿੰਗ ਹੈ ਫੋਨ ਦੀ, ਜਿਹਦੇ ਵਿੱਚ ਤੁਸੀਂ ਪੈਨਸ਼ਨਾਂ ਦਾ ਸੌਦਾ ਕਰਦੇ ਜੇ, ਪੈਸੇ ਲੈਂਦੇ ਜੇ, ਉਹ ਅੱਜ ਵੀ ਸੋਸ਼ਲ ਮੀਡੀਆ 'ਚ ਤੁਰੀ ਫਿਰਦੀ ਹੈ। ਗਰੀਬਾਂ ਦੀ ਕਣਕ ਤੁਸੀਂ ਖਾ ਗਏ, ਛੱਡਿਆ ਕੀ ਜੇ? ਕੋਈ ਛੱਡਿਆ? ਰੇਤਾ ਦਾ ਕਾਰੋਬਾਰ ਤੇਰਾ ਅਤੇ ਤੇਰੇ ਸਾਲੇ ਦਾ, ਮੈਂ ਨਹੀਂ, ਪੰਜਾਬ ਦਾ ਮੀਡੀਆ ਬੋਲਦਾ ਹੈ, ਹਲਕੇ ਦੇ ਲੋਕ ਬੋਲਦੇ ਹੈ, ਕਾਂਗਰਸੀ ਆਗੂ ਕਹਿੰਦੇ ਹੈ ਕਿ ਰੇਤਾ ਦਾ ਕਾਰੋਬਾਰ ਸੁਖਪਾਲ ਭੁੱਲਰ ਨਜਾਇਜ਼ ਮਾਈਨਿੰਗ ਵੱਡੇ ਪੱਧਰ 'ਤੇ ਕਰ ਰਿਹਾ। ਮੇਰਾ ਤਾਂ ਗਿਣਾ ਤਾ ਕਿ ਵਿਰਸਾ ਸਿੰਘ ਵਲਟੋਹਾ ਨੇ ਆਹ ਬਣਾ ਲਿਆ, ਵਿਰਸਾ ਸਿੰਘ ਵਲਟੋਹਾ ਨੇ ਉਹ ਬਣਾ ਲਿਆ, ਮੈਂ ਬਣਾਇਆ ਕੀ ਹੈ? ਰੁਲ ਖੁੱਲ ਕੇ ਆਪਦੀ ਮਿਹਨਤ ਕਰਕੇ ਇੱਕ ਸਿਰ ਦੀ ਛੱਤ ਬਣਾਈ, ਅਤੇ ਤੁਹਾਡੇ ਵਾਂਗ ਹੋਟਲ ਨਹੀਂ ਬਣਾਏ, ਤੁਹਾਡੇ ਵਾਂਗ ਸ਼ਾਪਿੰਗ ਕੰਪਲੈਕਸ ਨਹੀਂ ਬਣਾਏ, ਤੁਹਾਡੇ ਵਾਂਗ ਸ਼ੌਪ ਕੰਮ ਫਲੈਟ ਨਹੀਂ ਬਣਾਏ, ਮੋਹਾਲੀ 'ਚ ਕੋਠੀਆਂ, ਚੰਡੀਗੜ੍ਹ 'ਚ ਕੋਠੀਆਂ, ਦਿੱਲੀ 'ਚ ਕੋਠੀ, ਪੰਜਾਬ ਤੋਂ ਬਾਹਰ ਜਾਇਦਾਦ, ਵਿਦੇਸ਼ਾਂ 'ਚ ਜਾਇਦਾਦ, ਦੁਨੀਆ ਜਹਾਨ ਦੀ ਤੁਸੀਂ ਲੁੱਟ ਮਚਾਈ ਹੈ। ਔਰ ਹੁਣ ਤਾਂ ਹਲਕੇ ਦੇ ਲੋਕ ਕਹਿਣ ਲੱਗ ਪਏ ਕਿ ਗਲਤੀ ਕਰ ਲਈ, ਮੈਨੂੰ ਕਹਿੰਦੇ ਵਿਰਸਾ ਹੈ ਤੂੰ ਸੱਚ ਕਹਿੰਦਾ ਸੀਗਾ ਕਿ ਜਿਹੜਾ ਪਿਓ ਦਾ ਨਹੀਂ ਬਣਿਆ ਕਿਸੇ ਦਾ ਨਹੀਂ ਜੇ ਬਣਨਾ, ਤੂੰ ਬਣਿਆ ਪਿਓ ਦਾ? ਤੂੰ ਤਾਂ ਪਿਓ ਦਾ ਨਹੀਂ ਬਣਿਆ, ਪਿਓ ਦੀ ਪੱਗ ਰੋਲ ਕੇ ਰੱਖ ਦਿੱਤੀ, ਅਤੇ ਲੋਕਾਂ ਦਾ ਕਿਵੇਂ ਬਣੇਗਾ? ਮੇਰੇ ਵਰਗੇ ਦਾ ਹੋਰ ਕਿੱਦਾਂ ਕਿਸ ਤਰ੍ਹਾਂ ਬਣੇਗਾ? ਤੂੰ ਕਿਸੇ ਦਾ ਸਗਾ ਨਹੀਂ, ਇਸ ਕਰਕੇ ਮੇਰੇ ਬਾਰੇ ਤੈਨੂੰ ਜ਼ਿਆਦੀਆਂ ਗੱਲਾਂ ਕਰਨ ਦੀ ਲੋੜ ਨਹੀਂ, ਮੈਨੂੰ ਤੇਰੇ ਸਰਟੀਫਿਕੇਟ ਦੀ ਲੋੜ ਨਹੀਂ। ਮੈਂ ਜੋ ਜ਼ਿੰਦਗੀ 'ਚ ਜਿਸ ਤਰ੍ਹਾਂ ਦਾ ਮੇਰਾ ਜੀਵਨ ਹੈ, ਜੋ ਮੈਂ ਸੇਵਾ ਕੀਤੀ ਹੈ, ਉਹਦੇ 'ਤੇ ਮੈਨੂੰ ਮਾਣ ਹੈ। ਮੈਂ 10 ਸਾਲ ਜੇਲ੍ਹ ਕੱਟੀ ਹੈ,
ਤੁਹਾਡੀਆਂ ਸਰਕਾਰਾਂ ਦੀ, ਤੁਹਾਡੀ ਗਾਂਧੀ ਪਰਿਵਾਰ ਦੀ, ਇੰਦਰਾ ਗਾਂਧੀ ਦੀ, ਰਾਜੀਵ ਗਾਂਧੀ ਦੇ ਵੱਲੋਂ ਕੀਤੇ ਹੋਏ ਤਸ਼ੱਦਦ ਆਪਦੇ ਪਿੰਡੇ ਦੇ ਹੰਢਾਏ ਨੇ। ਝੂਠੇ ਕੇਸ ਕੇਸਾਂ ਦਾ ਸਾਹਮਣਾ ਕੀਤਾ। ਜਿਹੜੇ ਡਾਕਟਰ ਤਰੇਨ ਦੀ ਤੂੰ ਗੱਲ ਕਰਦਾ ਨਾ ਵਿਚਾਰੇ ਦੀ, ਵਿਰਸਾ ਸਿੰਘ ਵਲਟੋਹਾ ਅੱਜ ਵੀ ਹਿੱਕ ਠੋਕ ਕੇ ਕਹਿੰਦਾ ਕਿ ਉਹਨੂੰ ਇਨਸਾਫ ਦਿਓ, ਜਿਹੜੇ ਉਹਦੇ ਅਸਲੀ ਦੋਸ਼ੀ ਨੇ ਉਹਨਾਂ ਤੱਕ ਪਹੁੰਚੋ, ਇਨਕੁਆਇਰੀ ਕਰੋ। ਪਰ ਤੇਰੀ ਅਤੇ ਤੇਰੀ ਸਰਕਾਰ, ਤੂੰ ਅਤੇ ਤੇਰੀ ਸਰਕਾਰ ਨੇ ਇਨਸਾਫ ਦੇਣ ਦੀ ਬਜਾਏ, ਜਿਹੜਾ ਪਹਿਲੋਂ ਮੇਰੇ 'ਤੇ ਕੇਸ ਚੱਲ ਚੁੱਕਾ ਆ, ਜਿਸ 'ਚੋਂ ਮੈਂ ਪਹਿਲੋਂ ਡਿਸਚਾਰਜ ਹੋ ਚੁੱਕਾ ਹਾਂ, 36 ਸਾਲਾਂ ਬਾਅਦ ਉਹ ਚਲਾਇਆ। ਇੱਕ ਨਹੀਂ, ਤੁਸੀਂ ਮੇਰੇ ਨਾਲ ਬੜੀਆਂ ਜਾਤਾਂ ਕੀਤੀਆਂ ਨੇ, ਅਕਾਲੀ ਵਰਕਰਾਂ ਨਾਲ ਬੜੀਆਂ ਕੀਤੀਆਂ ਨੇ, ਅਕਾਲੀ ਆਗੂਆਂ ਨਾਲ, ਸਮੁੱਚੇ ਪੰਜਾਬ 'ਚ ਬੜੀਆਂ ਕਾਂਗਰਸ ਪਾਰਟੀ ਨਾਲ ਜਾਤਾਂ ਕੀਤੀਆਂ ਨੇ, ਪਰ ਝੱਲਾਂਗੇ। ਪਰ ਇੱਕ ਗੱਲ ਯਾਦ ਰੱਖਿਆ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਜਿਹੜੀ ਤੁਸੀਂ ਗੁਨਾਹ ਕੀਤੇ ਹੈ ਗੈਰ ਕਾਨੂੰਨੀ ਨਹੀਂ ਕਰਦੇ, ਸਿਆਸੀ ਰੰਜਿਸ਼ ਨਹੀਂ ਰੱਖਦੇ, ਤੁਸੀਂ ਤਾਂ ਬਚ ਨਹੀਂ ਸਕਦੇ। ਜਿਹੜੇ ਤੁਸੀਂ ਗੁਨਾਹ ਕੀਤੇ, ਜਿਹੜੀਆਂ ਲੁੱਟਾਂ ਬਚਾਈਆਂ ਤੁਸੀਂ, ਤੁਸੀਂ ਤਾਂ ਇਲਾਕਾ ਲੁੱਟ ਲਿਆ, ਲੋਕ ਲੁੱਟ ਲਏ, ਪੰਜਾਬ ਦੀ ਮਾਈਨਿੰਗ ਲੁੱਟ ਲਈ, ਕੋਈ ਛੱਡਿਆ ਜੀ ਕੁਛ? ਇਸ ਕਰਕੇ ਸੁਖਪਾਲ ਭੁੱਲਰ ਸੰਭਲ ਕੇ ਚੱਲ। ਤੇਰੇ ਪਿਓ ਨੇ ਤੈਨੂੰ ਕਿਹਾ ਸੀਗਾ ਕਿ ਜਿਹੜੀ ਛਾਪੇਮਾਰੀ ਜੀ ਵਿਰਸਾ ਸਿੰਘ ਵਲਟੋਹਾ 'ਤੇ ਕਰਵਾ ਕੇ ਦੰਦ ਕੱਢਦਾ ਆ, ਇਹ ਦੰਦ ਨਾ ਕੱਢ, ਤੂੰ ਅੱਖਾਂ 'ਚ ਘਸੁੰਗ ਦੇ ਦੇ ਕੇ ਰੋਣਾ ਹੈ, ਅਤੇ ਰੋਣਾ ਤੂੰ ਆਪਦੀ ਕਰਤੂਤੀ ਹੈ, ਮੇਰੇ ਕਰਕੇ ਨਹੀਂ, ਆਪਦੀ ਤੂੰ ਕਰਤੂਤੀ ਰੋਣਾ ਆ। ਤੈਨੂੰ ਅੱਜ ਰੱਬ ਭੁੱਲਿਆ ਆ, ਤੂੰ ਅਕਾਲੀ ਵਰਕਰਾਂ ਦੇ ਉੱਤੇ, ਅਕਾਲੀ ਵਰਕਰ ਜਿਹੜੇ ਭਿੱਖੀਵਿੰਡ ਦੇ ਐੱਮ ਸੀ ਸੀ ਦਿੱਲੀ ਬੈਠੇ, ਤੂੰ ਉਹਨਾਂ ਦੇ ਉੱਤੇ ਭਿੱਖੀਵਿੰਡ ਦੇ ਵਿੱਚ SC 8 ਦਾ ਪਰਚਾ ਦਰਜ ਕਰਾ ਦਿੱਤਾ। ਇੱਕ ਅੰਮ੍ਰਿਤਧਾਰੀ ਸਰਪੰਚ, ਇਲਾਕੇ ਦਾ ਨਾਮਵਰ ਮੋਹਤਵਰ ਅਮਰਜੀਤ ਸਿੰਘ ਪਹੁਵਿੰਡ, ਉਹਦੀ ਜਿਸ ਤਰ੍ਹਾਂ ਗੁੰਡਾਗਰਦੀ ਕੀਤੀ ਗਈ, ਉਹਦੀ ਜਿਸ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਤਰ੍ਹਾਂ ਉਹਦੀ ਪੱਗ ਰੋਲੀ ਗਈ, ਜਿਸ ਤਰ੍ਹਾਂ ਉਹਦੇ ਕਾਰ ਰੋਲੇ ਗਏ, ਜਿਸ ਤਰ੍ਹਾਂ ਉਹਦੇ ਕੇਸ ਰੋਲੇ ਗਏ ਭਿੱਖੀਵਿੰਡ ਦੇ ਬਾਜ਼ਾਰ ਦੇ ਵਿੱਚ, ਅਤੇ ਤੂੰ ਉਹਦੇ ਉੱਤੇ ਅਤੇ ਹੋਰ ਅਕਾਲੀ ਸਰਪੰਚਾਂ ਦੇ ਉੱਤੇ ਨਾਲ ਪਾ ਕੇ 307 ਦਾ ਮੁਕੱਦਮਾ ਦਰਜ ਕਰਵਾਇਆ। ਸਾਨੂੰ ਪਤਾ ਤੂੰ ਕੋਸ਼ਿਸ਼ ਕਰ ਰਿਹਾ ਕਿ ਉਹ 307 ਦਾ ਪਰਚਾ ਜਿਹੜਾ, ਮੁਕੱਦਮਾ ਜਿਹੜਾ ਆ, ਉਹਨਾਂ ਉੱਤੇ ਚੱਲਣਾ ਚਾਹੀਦਾ ਹੈ। ਰੱਬ ਦੇ ਘਰ ਵੀ ਦੇਰ ਜ਼ਰੂਰ ਆ, ਨੇਰ ਨਹੀਂ, ਇਹ ਭੁਗਤਣੀਆਂ ਪੈਣੀਆਂ ਆ ਤੈਨੂੰ ਵੀ ਅਤੇ ਤੇਰੇ ਗੁੰਡਿਆਂ ਨੂੰ ਵੀ, ਇਹ ਮਤਾ ਕਿਸੇ ਭੁਲੇਖੇ 'ਚ ਰਵੀਂ। ਇਸ ਕਰਕੇ ਆ ਜ਼ਿਆਦੀਆਂ ਹੁਣ ਸਫਾਈਆਂ ਨਾ ਦੇ, ਤੇਰੀਆਂ ਸਫਾਈਆਂ ਮੈਂ ਕੀ, ਹਲਕਾ ਖੇਮ ਕਹਿੰਦੇ ਲੋਕ ਸੁਣ ਲਈ ਤਿਆਰ ਨਹੀਂ, ਅਤੇ ਤੂੰ ਹੁਣ ਸਫਾਈਆਂ ਦੇਣਾ ਨਾ, ਜਦੋਂ ਤੈਨੂੰ ਘਰੋਂ ਵੀ ਲਾਹਣਤਾਂ ਪੈਂਦੀਆਂ ਆ, ਕਾਂਗਰਸ ਦੀ ਆਗੂ ਵੀ ਲਾਹਣਤਾਂ ਪਾਉਂਦੇ ਆ ਕਿ ਸਿਆਸਤ ਕਰਨੀ ਸੀ, ਠੀਕ ਹੈ ਕਿ ਤੂੰ ਬੜਾ ਕੁਛ ਕਰ ਰਿਹਾ ਸੀ ਪਰ ਤੈਨੂੰ ਇੱਥੋਂ ਤੱਕ ਨਹੀਂ ਸੀ ਜਾਣਾ ਚਾਹੀਦਾ, ਪਰ ਜੇ ਤੂੰ ਗਿਆ ਆ ਤਾਂ ਮੈਨੂੰ, ਮੈਂ ਤਾਂ ਅੱਜ ਉੱਠਾਂ ਅਤੇ ਤੁਹਾਡਾ ਮੈਂ ਜਲੂਸ ਕੱਢ ਸਕਦਾ ਹਾਂ। ਤੁਹਾਡੇ ਘਰ ਦੇ ਵਿੱਚ ਜਿਹੜੇ 2 ਬਿਜਲੀ ਦੇ ਟਰਾਂਸਫਾਰਮਰ ਤੁਹਾਡੀ 4 ਦੀਵਾਰੀ ਦੇ ਅੰਦਰ ਲੱਗੇ, ਘਰ ਦੇ ਅੰਦਰ ਲੱਗੇ ਆ, ਜਿੱਥੋਂ ਤੁਸੀਂ ਚੋਰੀ ਕਰਦੇ ਜੇ, ਕਦੀ ਕਿਸੇ ਦੀ 4 ਦੀਵਾਰੀ ਦੇ ਅੰਦਰ ਟਰਾਂਸਫਾਰਮਰ ਲੱਗ ਸਕਦਾ? ਘਰ ਦੀ 4 ਦੀਵਾਰੀ ਦੇ ਅੰਦਰ 2 ਟਰਾਂਸਫਾਰਮਰ ਤੁਹਾਡੇ ਘਰ ਦੀ 4 ਦੀਵਾਰੀ ਦੇ ਅੰਦਰ ਲੱਗੇ ਬਿਜਲੀ ਦੇ, ਜਿੱਥੋਂ ਕੇਬਲ ਅਤੇ ਕੇਬਲ 2 ਟਰਾਂਸਫਾਰਮਰਾਂ ਤੋਂ ਤੁਸੀਂ ਬਿਜਲੀ ਵਰਤਦੇ ਜੇ, ਮੋਟਰਾਂ ਤੱਕ ਚਲਾਉਂਦੇ ਜੇ ਨਜਾਇਜ਼, 2 ਤੁਸੀਂ ਕੋਠੀਆਂ ਪਾ ਰਹੇ ਜੇ ਮਹਿਮੂਦ ਪ੍ਰਿਆਪ ਦੇ ਘਰ, 1 ਕੋਠੀ ਪਿਛਲੇ 10 ਸਾਲਾਂ ਤੋਂ ਕਿ 12 ਸਾਲਾਂ ਤੋਂ ਪੈ ਰਹੀ ਹੈ, ਐਂ ਆ ਜਿਵੇਂ ਰਾਸ਼ਟਰਪਤੀ ਭਵਨ ਬਣ ਰਿਹਾ ਹੈ, ਰਾਸ਼ਟਰਪਤੀ ਭਵਨ ਤੋਂ ਘੱਟ ਵੀ ਕੋਈ ਨਹੀਂ, ਇਹੋ ਜਿਹਾ ਕੋਈ ਪਾ ਸਕਦਾ? ਇਹੋ ਜਿਹਾ ਤਾਂ ਮੇਰਾ ਕੈਪਟਨ ਅਮਰਿੰਦਰ ਸਿੰਘ ਵੀ ਪਾ ਸਕਦਾ, ਇਹੋ ਜਿਹਾ ਤੁਸੀਂ ਪਾ ਰਹੇ ਜੇ, ਵੱਡੇ ਵੱਡੇ ਮਹੱਲ ਤੁਸੀਂ ਸੱਤੋ ਅਤੇ ਉਂਗਲਾਂ ਦੂਸਰਿਆਂ ਸਭ, ਮੇਰਾ ਜੋ ਕੁਛ ਹੈ ਮੇਰਾ ਤਾਂ ਇਨਕਮ ਟੈਕਸ ਰਿਟਰਨ ਦੇ ਵਿੱਚ ਹੈ, ਪਰ ਤੇਰਾ ਬੜਾ ਕੁਛ ਹੀ, ਅਤੇ ਮੈਂ ਹੁਣ ਤੇਰਾ ਕੱਢੂੰਗੀ ਬੜਾ ਕੁਛ ਅਤੇ ਦੱਸੂੰਗੀ ਬੜਾ ਕੁਛ। ਅਤੇ ਮੈਨੂੰ ਇੱਕ ਗੱਲ ਦੱਸ ਦੇ, ਜਦੋਂ 2007 ਤੂੰ ਕਹਿੰਦਾ ਕਿ ਇਹ ਜੰਗਲ ਰਾਜ ਨਹੀਂ ਜੀ, ਇਹ ਅਮਨ ਦਾ ਰਾਜ ਆ ਜੀ, ਘਰ ਦੀ 4 ਦੀਵਾਰੀ ਦੇ ਅੰਦਰ ਜਿੱਥੇ ਜਿਹੜਾ ਤੁਹਾਡਾ ਘਰ ਆ ਉਹਦੇ ਵਿੱਚ 2 ਟਰਾਂਸਫਾਰਮਰ ਬਿਜਲੀ ਬੋਰਡ ਦੇ ਆਪਦੇ ਘਰ ਦੇ ਵਿੱਚ ਲਾਉਣੇ, ਕਿੱਧਰ ਦਾ ਨਿਯਮ ਹੈ? ਜਿਹੜਾ ਤੂੰ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਿੰਡ ਪਿੰਡ ਜਾ ਕੇ ਇਕੱਠਾਂ ਦੇ ਵਿੱਚ ਲੋਕਾਂ ਨੂੰ ਕਹਿੰਦਾ ਸੀਗਾ ਕਿ ਮੈਨੂੰ ਵੋਟਾਂ ਪਾਓ, ਜਿਤਾਓ, ਕਾਂਗਰਸ ਸਰਕਾਰ ਬਣਾਓ, ਸਰਕਾਰ ਬਣ ਗਈ ਅਤੇ ਬਿਜਲੀ ਵਾਲੇ ਬਕਸੇ ਕੋਟੇ ਨਹੀਂ ਦੇਣੇ, ਆਪਾਂ 60 ਦੇਣੇ ਹੈ, ਆਪਾਂ ਮੁੱਦਾ ਹੀ ਨਹੀਂ ਲੈਣ ਦੇਣਾ। ਅੱਜ ਚੀਕਾਂ ਕਢਾਈਆਂ ਪਈਆਂ ਨੇ ਉਸੇ ਬਿਜਲੀ ਨੇ, ਇਕੱਲੇ ਖੇਮਕਨ ਹਲਕੇ ਦੇ ਲੋਕਾਂ ਦੀਆਂ ਨਹੀਂ, ਪੰਜਾਬ ਦੇ ਲੋਕਾਂ ਦੀਆਂ, 2 ਗੁਣਾ ਤੁਸੀਂ ਬਿਜਲੀ ਮਹਿੰਗੀ ਕਰ ਦਿੱਤੀ ਹੈ, ਦਿੱਤਾ ਤੁਸੀਂ ਕਿਸੇ ਨੂੰ ਕੱਖ ਹੈ ਨਹੀਂ। ਇਸ ਕਰਕੇ ਮਿੱਤਰਾ ਹੁਣ ਤੇਰੀਆਂ ਕਿਸੇ ਨੇ ਸਫਾਈਆਂ ਨਹੀਂ ਸੁਣੀਆਂ, ਜਿੰਨੀਆਂ ਮਰਜ਼ੀ ਸਫਾਈਆਂ ਦੇ, ਮੈਂ ਕੀ, ਮੈਂ ਤਾਂ ਵਿਸ਼ਵਾਸ ਤੇਰੇ 'ਤੇ ਕਰ ਹੀ ਨਹੀਂ ਸਕਦਾ, ਮੈਨੂੰ ਤਾਂ ਪਤਾ ਕਿ ਤੇਰੇ ਤੋਂ ਵੱਧ ਘਟੀਆ ਇਨਸਾਨ ਹੀ ਕੋਈ ਨਹੀਂ।
ਮੈਂ ਇਹ ਨਹੀਂ ਕਹਿੰਦਾ ਹੁਣ ਤਾਂ ਤੈਨੂੰ ਕਾਂਗਰਸੀ ਕਹਿਣ ਲੱਗ ਪਏ ਕਿ ਤੂੰ ਘਟਿਆ ਇਨਸਾਨ ਹੈ। ਮੈਨੂੰ ਤਾਂ ਇੱਥੋਂ ਤੱਕ ਇੱਕ ਟੱਕਰਿਆ ਤੇਰਾ ਬਣਾਇਆ ਹੋਇਆ ਸਰਪੰਚ, ਸਰਪੰਚ ਦਾ ਭਰਾ ਟੱਕਰਿਆ ਮੈਨੂੰ ਕਿ ਮੈਂ ਇਹਨੂੰ ਕਿਹਾ ਕਿਵੇਂ ਸਰਕਾਰ ਚੱਲਦੀ ਹੈ। ਉਹ ਕਹਿੰਦਾ ਜੀ ਕਾਹਦੀ ਸਰਕਾਰ, ਤੁਹਾਨੂੰ ਪਤਾ ਹੀ ਹੈ। ਮੈਂ ਕਿਹਾ ਸਰਪੰਚੀ ਕਿਵੇਂ ਚੱਲਦੀ ਹੈ? ਉਹ ਕਹਿੰਦਾ ਤੁਹਾਨੂੰ ਪਤਾ ਜੀ ਸਰਪੰਚੀ ਵੀ ਕਿਸ ਤਰ੍ਹਾਂ ਦੀ ਹੈ, ਕਿੰਨੇ 'ਚ ਲਈ ਹੈ। ਇੱਕ ਕਿਸ਼ਤ MLA ਸਾਹਿਬ ਦੀ ਸਾਡੇ ਵੱਲ ਬਕਾਇਆ ਰਹਿੰਦੀ ਹੈ। MLA ਕਹਿੰਦਾ ਕਿ ਕਿਸ਼ਤ ਦਿਓ, ਅਸੀਂ ਕਹਿੰਦੇ ਹਾਂ ਕਿ ਸਾਡੇ ਜਿਹੜੇ ਤੇਰੇ ਵਾਲੇ ਗਏ ਉਹ ਦੇ ਦੇ ਅਤੇ ਸਰਪੰਚੀ ਵਾਪਸ ਲੈ ਲਾ। ਇਹ ਤਾਂ ਹਾਲਾਤ ਬਣੇ ਪਏ, ਬੜੇ ਕੁਛ ਹੈ ਮੇਰੇ ਕੋਲ, ਬੜਾ ਕੁਛ ਹੋਣਾ ਤੇਰਾ, ਤੈਨੂੰ ਹਿਸਾਬ ਕਿਤਾਬ ਦੇਣਾ ਪੈਣਾ ਅਤੇ ਹਿਸਾਬ ਕਿਤਾਬ ਲੈਣਾ ਵੀ। ਇੱਥੋਂ ਜੋ ਕੁਛ ਹੁੰਦਾ ਆ ਕਰ ਲਾ। ਮੈਂ ਤਾਂ ਜ਼ਿੰਦਗੀ 'ਚ ਬਹੁਤ ਕੁਛ ਚੱਲਿਆ, ਬਹੁਤ ਕੁਛ ਚੱਲਿਆ, ਬੜੀਆਂ ਜਾਤੀਆਂ ਝੱਲੀਆਂ ਨੇ, ਸਰਕਾਰਾਂ ਦੀਆਂ ਝੱਲੀਆਂ ਨੇ, ਤੇਰੀ ਮਾਂ ਇੰਦਰਾ ਗਾਂਧੀ ਦੀਆਂ ਝੱਲੀਆਂ ਨੇ, ਬੜੀਆਂ ਬੜੀਆਂ ਸਰਕਾਰਾਂ ਜ਼ੋਰ ਲਾ ਰਹੀਆਂ ਨੇ। ਮੈਂ ਤਾਂ ਉਸ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਮੈਨੂੰ ਉਹਨੇ ਜ਼ਿੰਦਗੀ ਦਿੱਤੀ ਹੈ ਅਤੇ ਮੈਨੂੰ ਮੌਕਾ ਦਿੱਤਾ ਹੈ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰ ਸਕਾਂ। ਠੀਕ ਹੈ ਕਿ 2017 ਦੇ ਵਿੱਚ ਲੋਕਾਂ ਕੋਲੋਂ ਗਲਤੀ ਹੋ ਗਈ, ਲੋਕ ਗੁੰਮਰਾਹ ਹੋ ਗਏ, ਲੋਕ ਧੋਖੇ 'ਚ ਆ ਗਏ, ਲੋਕ ਠੱਗੇ ਗਏ। ਅੱਜ ਲੋਕ ਉਹੀ ਲੋਕ ਜਿਹੜੇ ਨੇ ਤੈਨੂੰ ਅਤੇ ਤੇਰੀ ਸਰਕਾਰ ਨੂੰ ਲਾਹਣਤਾ ਪਾਉਂਦੇ, ਤੇਰੀਆਂ ਕਰਤੂਤਾਂ ਨੂੰ ਲਾਹਣਤਾ ਪਾਉਂਦੇ, ਜਿਹੜਾ ਤੂੰ ਹੁਣ ਚੰਦ ਚੜਿਆ ਉਹਦੇ ਕਰਕੇ ਲੋਕ ਹੀ ਨਹੀਂ ਤੇਰੇ ਕਾਂਗਰਸ ਵੀ ਤੈਨੂੰ ਲਾਹਣਤਾ ਪਾਉਂਦੇ ਨੇ। ਇਸ ਕਰਕੇ ਮੇਰੇ ਬਾਰੇ ਫਿਕਰ ਨਾ ਕਰ, ਮੈਨੂੰ ਤੇਰੇ ਸਰਟੀਫਿਕੇਟ ਦੀ ਲੋੜ ਕੋਈ ਨਹੀਂ ਗੀ, ਅਤੇ ਮੇਰੇ ਘਰੇ ਛਾਪੇਮਾਰੀ ਕਰਵਾ ਕੇ ਨਜਾਇਜ਼ ਬਿਲਕੁਲ ਝੂਠੀ ਸਭ ਕੁਛ ਡਰਾਮਾ ਰਚਿਆ ਗਿਆ, ਅਤੇ ਹੁਣ ਤੂੰ ਜਿੰਨੀਆਂ ਮਰਜ਼ੀ ਸਫਾਈਆਂ ਦੇ, ਇਹ ਸਫਾਈਆਂ ਤੇਰੀਆਂ ਕਿਸੇ ਨੂੰ ਵੀ ਸਵੀਕਾਰ ਨਹੀਂ। ਅਤੇ ਮੈਂ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਦਾ, ਵੈਸੇ ਤਾਂ ਤੁਸੀਂ ਇਹਦਾ ਕਿਰਦਾਰ ਸਮਝ ਚੁੱਕੇ ਜੀ, ਇੱਕ ਇਹੋ ਜਿਹੇ ਜੀਵਨ ਦਾ ਮਾਲਕ ਹੈ ਜਿਸ ਬੰਦੇ ਨੂੰ ਰਾਤ ਨੂੰ ਰੱਜੇ ਨੂੰ ਛਪਾਈ ਚੁੱਕੇ ਬਿਸਤਰੇ 'ਤੇ ਪਾਉਣ, ਜਿਹੜਾ ਸ਼ਰਾਬ 'ਤੇ ਰਾਤ ਨੂੰ ਅੰਨਾ ਹੋ ਜਾਂਦਾ ਹੋਵੇ, ਅੱਜ ਸੱਤਾ ਦੇ ਨਸ਼ੇ 'ਚ ਵੀ ਅੰਨਾ ਆ, ਉਹਦੇ ਤੋਂ ਆਸ ਕਿਸੇ ਨੂੰ ਨਹੀਂ। ਕਿਸੇ ਦਾ ਕੁਛ ਵਾਰਿਆ ਹੀ, ਇਲਾਕੇ ਦਾ ਕੁਛ ਕੀਤਾ ਹੀ, ਇਲਾਕੇ ਦਾ ਕੋਈ ਕੰਮ ਕੀਤਾ ਹੀ, ਇਲਾਕੇ ਦਾ ਸਤਿਆਨਾਸ਼ ਕਰਕੇ ਰੱਖ ਤੋਂ ਦਿੱਤਾ ਆ। ਖੇਮਕਰ ਮੈਂ ਸੀਵਰੇਜ ਪਾਇਆ, ਕਰੋੜਾਂ ਰੁਪਈਏ ਲਾਏ, ਅੱਜ ਤੂੰ ਸੀਵਰੇਜ ਰੋਡ 'ਤੇ ਰੱਖ ਦਿੱਤਾ। ਡਿਵੈਲਪਮੈਂਟ ਦੇ ਕੰਮ ਬੰਦ ਕਰਾ ਦੇ, ਡਿਵੈਲਪਮੈਂਟ ਦੇ ਆਏ ਹੋਏ ਪੈਸੇ ਤੂੰ ਖਾ ਗਿਆ, ਇਹ ਹਿਸਾਬ ਤੱਕ ਤੈਨੂੰ ਦੇਣੇ ਪੈਣੇ ਆ। ਸੋ ਮੈਂ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਮੈਨੂੰ ਪਤਾ ਤੁਸੀਂ ਇਹ ਤੋਂ ਸਤੇ ਪੈ ਜੇ, ਦੁਖੀ ਜੇ, ਸਮਾਂ ਆ ਜਾਣਾ ਆ, ਇਹੋ ਜਿਹੇ ਲੋਕਾਂ ਨੂੰ ਘਰੋਂ ਨਿਕਲਣਾ ਇਹਨਾਂ ਦਾ ਮਹਾਲ ਕਰ ਦਿਆ ਜੇ। ਸੋ ਇੰਨੀ ਮੇਰੀ ਬੇਨਤੀ ਸਵੀਕਾਰ ਕਰਿਆ ਜੇ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇੱਕ ਦੂਜੇ ਉੱਤੇ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਇਹ ਮਾਮਲਾ ਅੱਗੇ ਜਾ ਕੇ ਕੀ ਮੋੜ ਲਏਗਾ। ਤਰਨ ਤਾਰਨ ਤੋਂ ਦਿਲਬਾਗ ਸਿੰਘ ਦੀ ਰਿਪੋਰਟ, ਸਪੋਕਸਮੈਨ TV।